अस्सलाम वालेकुम जी कैसे हैं आप सब मैं ठीक शुक्र अल्हम्दुलिल्लाह दुआ करती हूँ आप भी मसला ठीक ठाक रहें खुश रहें ਚਲੇਂ ਜੀ ਬਿਸਮਿਲ੍ਲਾ ਕਰਤੇ ਆਂ ਇਹ ਦੂਸਰੀ ਦਫਾ ਮੈਂ ਵਾਇਸ ਓਵਰ ਕਰ ਰਹੀ ਹਾਂ ਪਤਾ ਨਹੀਂ ਕਿੱਥੇ ਚਲੇ ਗਈ ਇਹ ਮੈਂ ਲਬ ਲਬ ਥਾ ਗਿਆ ਹਾਂ ਮੈਂ ਆਵਾਜ਼ ਭਰੀ ਸੀ ਆਵਾਜ਼ ਕਿੱਥੇ ਚਲੇ ਗਈ ਹੈ ਬਹਰਾਲ ਕੋਈ ਨਹੀਂ ਦੁਬਾਰਾ ਗੱਲਬਾਤ ਕਰ ਲੈਣੇ ਹੋਰ ਮਜ਼ਾ ਆ ਜਾਏਗਾ ਤੇ ਮੈਂ ਨਾ ਚਿਕਨ ਬ੍ਰੈਸਟ ਲਿਆ ਛੋਟੇ ਛੋਟੇ ਮੈਂ ਬੋਟੀਆਂ ਕੱਟੀਆਂ ਨੇ ਮੈਂ ਪਿਆਜ਼ ਫਰਾਈ ਕੀਤਾ ਹੈ ਵਿੱਚ ਟਮਾਟਰ ਅਦਰਕ ਲਸਣ ਪਾ ਕੇ ਨਾਲ ਹੀ ਮੈਂ ਚਿਕਨ ਪਾ ਦਿੱਤਾ ਹੈ ਮਸਾਲੇ ਮੈਂ ਬਾਅਦ ਵਿੱਚ ਪਾਏ ਜਿੰਨੀ ਦੇਰ ਤੱਕ ਚਿਕਨ ਜਿਹੜਾ ਚੰਗੀ ਤਰ੍ਹਾਂ ਫਰਾਈ ਨਾ ਨਾ ਹੋ ਜਾਏ ਉਸ ਤੋਂ ਬਾਅਦ ਮਸਾਲੇ ਪਾਏ ਮਸਾਲੇ ਵਿੱਚ ਸਿਰਫ ਨਮਕ ਮਿਰਚ ਹਲਦੀ ਔਰ ਜੋ ਬਲੈਕ ਪੇਪਰ ਹੈ ਨਾ ਕਾਲੀ ਮਿਰਚ ਉਹ ਪਾਈ ਹੋਰ ਕੁਝ ਨਹੀਂ ਪਾਇਆ ਬਾਕੀ ਜਿਹੜੇ ਆਲੂ ਨੇ ਮੈਂ ਬਰੀਕ ਬਰੀਕ ਕੱਟੇ ਨੇ ਜੰਜ ਨਹੀਂ ਆਮਰੋਚੇ ਪਾਣੇ ਉਂਝ ਤੇ ਮਸਾਲੇ ਵਾਲੇ ਮੈਂ ਚਿਕਨ ਬਣਾਉਣਾ ਮੈਂ फटाफट ਬਣਾਉਣ ਵਾਲਾ ਵੀ ਕੋਈ ਇਹਦੇ ਵਿੱਚ ਸਾਇੰਸ ਨਹੀਂ ਹੈ ਬਸ ਤੁਹਾਨੂੰ ਤਰੀਕਾ ਕੀ ਕਹਿੰਦੇ ਨੇ ਇੱਕ ਵਾਰ ਤਰੀਕਾ ਆਣਾ ਚਾਹੀਦਾ ਬਾਅਦ ਵਿੱਚ ਤੁਸੀਂ ਆਪੇ ਐਕਸਪੈਰੀਮੈਂਟ ਕਰ ਕਰਕੇ ਨਾ ਇਧਰ ਉਧਰ ਚੀਜ਼ਾਂ ਪਕਾ ਲੈਂਦੇ ਹੋ ਤੇ ਇਹੋ ਵਾਲੀ ਹਾਂਡੀ ਜਿਹੜੀ ਸਟੂਡੈਂਟ ਵੀ ਬਣਾ ਸਕਦੇ ਨੇ ਤੇ ਜਿਹੜੀ ਬੱਚੀ ਬਣਾ ਸਕਦੀ ਐ ਸਿੱਧੀ ਸਿੱਧੀ ਅਗਰ ਕਿਸੇ ਨੂੰ ਫਟਾਫਟ ਕੋਈ ਖਾਣਾ ਪਕਾਣਾ ਹੋਵੇ ਤਾਂ ਤੁਹਾਨੂੰ ਪਤਾ ਚਿਕਨ ਪ੍ਰੈਸ ਤੇ ਵੈਸੇ ਜਲਦੀ ਜਲਦੀ ਗਲ ਜਾਂਦਾ ਵੇ ਤੇ ਈਜ਼ੀ ਰੈਸਪੀ ਐ ਤੇ ਮੈਂ ਬਾਅਦ ਚ ਗਰਮ ਮਸਾਲਾ ਪਾਵਾਂਗੀ ਤੇ ਗ੍ਰੀਨ ਧਨੀਆ ਪਾਵਾਂਗੀ ਤੇ ਫਿਲਹਾਲ ਮੈਂ ਥੋੜਾ ਜਿਹਾ ਪਾਣੀ ਪਾਏ ਬਤਾ ਕੇ ਆਲੂ ਜਿਹੜੇ ਗਲ ਵੀ ਜਾਣ ਤੇ ਗਰੇਵੇ ਵੀ ਥੋੜੀ ਥੋੜੀ ਜਿਹੜੀ ਨਾ ਉਹ ਮੈਨੂੰ ਮਿਲ ਜਾਵੇ ਜਿੰਨੀ ਮੈਨੂੰ ਚਾਹੀਦੀ ਇੰਨੇ ਮੈਂ ਹੁਣ ਟੱਕ ਕੇ ਤੇ ਮੈਂ ਚਲੇ ਜਾਵਾਂਗੀ ਬਾਕੀ ਕੰਮ ਕਰਨ ਕਿਉਂਕਿ ਮੈਨੂੰ ਟਾਈਮ ਹੈ ਮੈਨਾਂ ਇਹਦੀ ਨਾ ਅੱਗ ਥੋੜੀ ਜਿਹੀ ਹਲਕੀ ਕਰ ਜਾਣੀ ਦਰਮਿਆਨ ਚ ਕਰਕੇ ਜਾਣੀ ਤਾਂ ਕਿ ਆਲੂ ਜਿਹੜੇ ਗਲਜਣੇ ਆ ਨਾ ਹੋਏ ਪਾਣੀ ਸੁੱਕ ਜੇ ਤੇ ਆਲੂ ਗਲਣੇ ਨਾ ਤੇ ਖੈਰ ਵੇਖੋ ਇੰਨੀ ਵੀ ਮੈਨੂੰ ਗਰੇਵੀ ਚਾਹੀਦੀ ਇੱਥੇ ਫਾਨ ਸਾਹਿਬ ਆ ਗਏ ਸਨ ਕਿ ਮਾਂ ਮੈਨੂੰ ਬੋਟੀ ਦੇ ਦੇ ਤੋ ਮੈਂ ਕਿ ਬੱਚਾ ਕਰੋ ਖਾਂਦਾ ਤੇ ਦੇਣੀ ਚਾਹੀਦੀ ਹੈ अच्छा मैं आपको बताऊं मुझे भी शादी से पहले ना खाना बिल्कुल नहीं आता था जीरो था जीरो सच्ची बताओ सिर्फ आटा गूंथना आता था बड़ी दफा मैंने शेर बात की है ते ए एक तकरीक होती है कि थाने बेसिक अगर चीज आ जांदे ना फिर तू सीख ही लंदे मैं खाना बनाना ਸੇਵਲਾ ਸ਼ੁਰੂ ਕੀਤਾ ਤੇ ਸ਼ਾਦੀ ਤੋਂ ਬਾਅਦ ਨਾ ਤੇ ਅਸੀਂ ਥੋੜੀ ਜਿਹੀ ਚੀਜ਼ ਬਣਾ ਲਈ ਥੋੜੀ ਬਣਾ ਲਓ ਘਰ ਦੇ ਘਰ ਦੇ ਬੰਦੇ ਨੂੰ ਪ੍ਰੈਕਟਿਸ ਹੋ ਜਾਂਦੀ ਕਿ ਛਾਹ ਸਬਜ਼ੀ ਬਣਾਣੀ ਸਬਜ਼ੀਆਂ ਦੇ ਵੀ ਇੱਕ ਹੀ ਰੈਸਪੀ ਹੈ ਚਿਕਨ ਦੀ ਵੀ ਇੱਕ ਹੀ ਰੈਸਪੀ ਹੈ ਗੋਸ਼ ਪਕਾਣਾ ਉਹਦੀ ਵੀ ਇੱਕ ਹੀ ਰੈਸਪੀ ਹੈ ਤੁਸੀਂ ਇੱਕ ਇੱਕ ਚੀਜ਼ ਸਿੱਖ ਲਓ ਮਸਾਲੇ ਤੋਂ ਅਗਰ ਇੱਕ ਤੁਸੀਂ ਸਬਜ਼ੀ ਸਿੱਖ ਲਓ ਆਲੂ ਗੋਭੀ ਸਿੱਖ ਲਓ ਆਲੂ ਬੇਗਨ ਵੀ ਉੰਜ ਹੀ ਬੰਨੇ ਨੇ ਆਲੂ ਆਲੂ ਕੀ ਕਹਿੰਦੇ ਨੇ ਗੋਭੀ ਵੀ ਉਸ ਰਾਈ ਬੰਨੇ ਮਿਕਸ ਸਬਜ਼ੀ ਵੀ ਉੰਜ ਹੀ ਬੰਨੀ ਐ ਸੇਮ ਤਰੀਕਾ ਬਸ ਇੱਕ ਸਬਜ਼ੀ ਸਿੱਖ ਲਓ ਦਿਲ ਲਾ ਕੇ ਤੇ ਕੋਈ ਮੁਸ਼ਕਿਲ ਨਹੀਂ ਹੈ ਮੈਂ ਆਪਣੀ ਬੇਟੀ ਕੋ ਐ ਉਸ ਵਗੈਰਾ ਇਹ ਚਿਕਨ ਗਰਾ ਦਾ ਵੀ ਇੱਕ ਤਰੀਕਾ ਹੈ ਕੋਈ ਮਸਲਾ ਨਹੀਂ ਇਹਦੇ ਵਿੱਚ ਸਾਇੰਸ ਕੋਈ ਐਸੀ ਨਹੀਂ ਉਲਟੀ ਆਪ ਹੀ ਖਾਣਾ ਵਿੱਚ ਕੋਈ ਬਾਹਰੋਂ ਕਿਸੇ ਨਹੀਂ ਆ ਕੇ ਨੁਕਸਾਨ ਨਹੀਂ ਕਰਨੀ ਅਗਰ ਤੁਸੀਂ ਥੋੜੀ ਥੋੜੀ ਚੀਜ਼ ਬਣਾਉਂਦੇ ਜਾਓ ਪ੍ਰੈਕਟਿਸ ਹੁੰਦੀ ਜਾਵੇ ਕਿਤੇ ਖਾਣਾ ਤੁਹਾਨੂੰ ਆ ਜਾਵੇਗਾ ਤੇ ਚਲੋ ਜੀ ਇੱਥੇ ਹੁਣ ਅਸੀਂ ਬਾਹਰ ਆ ਗਏ ਗਰਮੀ ਬੜੀ ਸੀ ਤੇ ਮੈਂ ਇਹਨਾਂ ਦੇ ਨਾਲ ਚਲਨੀ ਆ ਮਾਰਕੀਟ ਕਿਉਂਕਿ ਇਹਨਾਂ ਨੇ ਇੱਕ ਦੋ ਕੰਮ ਕਰਨੇ ਤੇ ਉਸੇ ਚੱਕਰ ਵਿੱਚ ਮੈਂ ਵੀ ਇਨਕੇ ਸਾਥ ਆ ਗਈ ਹਾਂ ਮੈਂ ਕਿਹਾ ਚਲੋ ਚਲੇ ਜਾਂਦੀ ਹਾਂ ਇਹਨਾਂ ਨੇ ਦਫ਼ਤਰ ਜਾਣਾ ਸੀ ਤੇ ਦਫ਼ਤਰ ਗੱਡੀ ਪਾਰਕਿੰਗ ਕਰਨੀ ਹੁੰਦੀ ਜਗਾ ਜਗਾ ਤੇ ਮੈਨੂੰ ਨਾਲ ਲੈ ਜਾਂਦੇ ਨੇ ਤਾਂ ਕਿ ਕਹਿੰਦੇ ਨੇ ਪ ਤਾਂ ਤੁਸੀਂ ਜਾਣਦੇ ਹੋ ਸਟੱਡ ਵਿੱਚ ਮੇਨ ਸਟੱਡ ਵਿੱਚ ਉੱਥੇ ਬਿਲਕੁਲ ਪਾਰਕਿੰਗ ਨਹੀਂ ਹੁੰਦੀ ਉੱਥੇ ਅੱਗੇ ਪਿੱਛੇ ਅੱਗੇ ਪਿੱਛੇ ਤੁਹਾਨੂੰ ਗੱਡੀ ਲਈ ਇੱਕ ਡਰਾਈਵਰ ਚਾਹੀਦਾ ਚਾਹੀਦਾ ਤੇ ਕੁਝ ਐਸੇ ਕੰਮ ਹੁੰਦੇ ਜਿਹੜੇ ਬੜੇ ਜ਼ਰੂਰੀ ਹੁੰਦੇ ਨੇ ਤੇ ਮੇਰੇ ਮਿੰਗਾ ਐਸੇ ਵੇਲੇ ਤੁਹਾਨੂੰ ਅੱਗੇ 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 ਪਾਈ ਜਾਂਦੇ ਨੇ ਕਿ ਉੱਥੇ ਪਾਰਕਿੰਗ ਨਹੀਂ ਹੁੰਦੀ ਮੈਨੂੰ ਕੋਈ ਟਾਈਮ ਨਹੀਂ ਹੁੰਦਾ ਖਲਾਰਨ ਦਾ ਅਗਰ ਮੈਂ ਅੰਦਰ ਆਫਿਸ ਜਾਣਾ ਵ ਤੇ ਬੜਾ ਟੈਨਸ਼ਨ ਹੁੰਦੀ ਕੋਈ ਆ ਕੇ ਬੇਲੇ ਜਾਂ ਪਰਚੀ ਨਾ ਲਗਾ ਦੇ ਤਾਂ ਮੈਂ ਅੱਜ ਇਨਕੇ ਸਾਥ ਇਸੇ ਚੱਕਰ ਵਿੱਚ ਗਿਆ ਅੱਛਾ ਮੈਂ ਹੁਵਲਵਰਥ ਮੇ ਆਈ ਹਾਂ ਇਹ ਦੋ ਦੋ ਬੱਚੀਆਂ ਮੇਰੀ ਆ ਕੇ तो ये अब और जगह चले गए हैं तो मैं आप ना वूलवर्ट साहब ने थी मैंने कहा चलो इसके अंदर चले जाती हूँ तो ये दो यूरो एक मुझे टी शर्ट्स मिली हैं सोने के लिए स्लीपिंग जैसी होती है ना वैसे मैं ले आई बड़े बड़े साइज़ की अपनी मिशाल की लुकमान की मैंने कहा सोने के लिए बड़ी अच्छी मिल गई हैं तो मैं बच्चों की बात बता रही थी मैं ना अंदर आई हूँ तो मैं वैसे अभी अंदर आई हूँ तो पीछे से मुझे एकदम इन दोनों ने आवाज़ दी है हेलो हेलो मैं डर गई ना बच्चों की जैसे आवाज़ थी मुझे कहती एक यूरो है आपके पास मैंने पानी पीना डोज में बोल रही थी मैंने कहा ये मैंने जूस लेना मैं जितनी हसी आई ना मैं कहा अंदर आ गई हैं ना लेकिन एक ਇਕੋ ਰੋ ਵੀ ਨਹੀਂ ਹੈ ਕਿ ਤੁਸੀਂ ਜੂਸ ਲੈ ਲਓ ਲਿਕ ਮੈਨਨ ਦਿੱਤਾ ਨਾ ਤੇ ਹੋਇਆ ਕਿ ਕਿ ਜੈਨ ਜੀ ਨੇ ਇਹ ਯੂਰੋ ਮੇਰੇ ਕੋਲ ਲਿਆ ਆਵੇ ਸੀੜੀਆਂ ਤੇ ਚੜੀਆਂ ਤੇ ਉਹ ਯੂਰੋ ਜਿਹੜਾ ਨਾ ਉਹ ਇੰਨਾ ਕੋ ਡਿੱਗਿਆ ਆਵੇ ਤੇ ਸੀੜੀ ਦੇ ਪਤਾ ਨਹੀਂ ਵਿੱਚ ਚਲਾ ਗਿਆ ਜਾਂ ਕੀ ਮੈਂ ਵੇਖਣ ਦੀ ਸੀ ਤੇ ਜਦੋਂ ਡਿੱਗਿਆ ਹੈ ਨਾ ਉਦੋਂ ਫੋੜ ਮੈਨੂੰ ਵੇਖਣ ਲੱਪੀਆਂ ਮੈਨੂੰ ਇੰਨਾ ਤਰਸ ਆਇਆ ਮੈਂ ਕਿ ਆ ਵਿਚਾਰੀਆਂ ਨੇ ਹੁਣ ਮੰਗਣਾ ਵੀ ਨਹੀਂ ਦੁਬਾਰਾ ਕਿ ਅਸੀਂ ਇੱਕ ਵਾਰੀ ਦੇ ਕੋਲ ਲੈ ਚੁੱਕੀਆਂ ਵਾ ਫਿਰ ਜਦੋਂ ਸੀੜੀਆਂ ਤੋਂ ਥੱਲੇ ਉਤਰੇ ਨਾ ਫਿਰ ਮੈਂ ਉਹਨਾਂ ਨੂੰ ਦੁਬਾਰਾ ਇੱਕ ਉਹਨੂੰ ਯੂਰੋ ਦਿੱਤਾ ਇੱਕ ਉਹਨੂੰ ਦਿੱਤਾ ਮੈਂ ਖੈਲੋ ਐਸ਼ ਕਰੋ ਕਿ ਯਾਦ ਕਰੋਗੇ ਖੈਰ ਇੱਥੇ ਵੂਲ जो है ना आपके ना वो लीलन की आपको दिखाई तो दो, दो है ना चीज दोनों डिज़ाइन मजे वाले थे तो खैर मैं छोड़ आई हूँ पर मुझे प्यारे बड़े लगे थे अच्छा मैं यहाँ पे ना देखने आई हूँ रज़ाई के जो कवर होते हैं ना वो वो वर्थ के बहुत अच्छे होते हैं कॉटन सही वाले कॉटन साटन के सही मेरे बड़े पुराने अभी तक वो चल रहे हैं ना उसके ऊपर कोई बुर आती है बुर होती है छोटे जो होते हैं तौर से बन जाते हैं या कपड़ा फट जाता है कुछ नहीं उनकी जिप बस थोड़ी सी खराब हुई है एक ही बाकी बाकी बिल्कुल कपड़ा बिल्कुल सही है तो यहां ਮੇਰੇ ਘਰ ਮੇਨਾ ਜੋ ਵੀ ਮੈਂ ਰਸਾਈ ਦਾ ਕਵਰ ਲੈਂਦੀ ਹਾਂ ਮਿਸ਼ਾਲ ਕੀ ਕੋਸ਼ਿਸ਼ ਹੁੰਦੀ ਸਭ ਤੋਂ ਪਹਿਲੇ ਉਰਜ਼ਾਈ ਤੇ ਪਾ ਲਵੇ ਉਹਨੂੰ ਇੰਨਾ ਸ਼ੌਕ ਹੈ ਆਪਣੇ ਬੈੱਡ ਨੂੰ ਨਵਾਂ ਨਕੋਰ ਬਣਾਉਂਦੀ ਮੂ ਜਿਤਨਾ ਗੁੱਸਾ ਵੀ ਆਤਾ ਹੈ ਕਿ ਮੈਂ ਐਕਸਟਰਾ ਨਾ ਐਸੀ ਚੀਜ਼ੇ ਸਾਈਡ 'ਤੇ ਰੱਖਤੀ ਰੱਖਤੀ ਕੋਈ ਆਤਾ ਹੈ ਤਾਂ ਚਲੋ ਬੰਦਾ ਨਿਆ ਢਾਲ ਕੇ ਦੇ ਦਿੰਦਾ ਤਾਂ ਥੋੜਾ ਅੱਛਾ ਲੱਗਦਾ ਹੈ ਤਾਂ ਜੈਸੀ ਮੈਂ ਕੱਲ ਆਈ ਯੂ ਨੋ ਤਾਂ ਯਹਾਂ 'ਤੇ ਇਹ ਨਾ 10 10 ਯੂਰੋ ਕੇ ਹੁੰਦੇ تھے ਆਬ ਇਹਨਾਂ ਨੇ 13 ਯੂਰੋ ਕੇ ਕਰ ਦੀ ਅੱਛਾ ਮੈਨੂੰ ਨਾ ਬਹੁਤ دیر ਬਾਅਦ ਜਾ ਕੇ ਪਤਾ ਲੱਗਾ ਵੇ ਕਿ ਕਿਹੜਾ ਕਪੜਾ ਸਹੀ ਰਹਿੰਦਾ ਵੇ ਇੱਥੇ કોટਨ ਟਾਈਪ ਜਿਹੜਾ ਕਪੜਾ ਨਾ ਉਹ ਵਾਲਾ ਸਹੀ ਕਿ ਕੋਦੇ ਵੇਚੇਗਾ ਤੁਸੀਂ ਕਵਰ ਚ ਰਜਾਈ ਪਾਉਂਦੇ ਨੇ ਤੇ ਰਜਾਈ ਵਿੱਚ ਨੱਚਦੀ ਨਹੀਂ ਹੈ ਨਹੀਂ ਤੇ ਰੇਸ਼ਮੀ ਟਾਈਪ ਮੈਂ ਬੜੇ ਫੈਂਸੀ ਫੈਂਸੀ ਲੈਂਦੀ ਨੇ ਨਹੀਂ ਤਾਂ ਕਿ ਇਹ ਬੜੀ ਫੈਂਸੀ ਹੈ ਅੱਛੀ ਹੈ ਉਹ ਜੈਂ ਜੀ ਤੁਸੀਂ ਰਜਾਈ ਵਿੱਚ ਪਾਉਂਦੇ ਸੋ ਉਹ ਰਜਾਈ ਇਕੱਠੀ ਗਰੋਲਾ ਜਾ ਪਾਣਿਕ ਨਾ ਦੇ ਵਿੱਚ ਭਜਦੀ ਰਹਿੰਦੀ ਸੀ ਤੋਂ ਮੈਨੇ ਟਾਂਕੇ ਵੀ ਲਗਾਉਣੇ ਚਾਰੇ ਉਤਰ ਪਰ ਮਜ਼ਾ ਨਹੀਂ ਆਨਾ ਨਾ ਗਰਮ ਨਹੀਂ ਹੁੰਦੀ ਤੇ ਤੇ ਇਹ ਮੈਂ ਕੋਟਨ ਕੀ ਇੱਕ ਲੈ ਕੇ ਜਾ ਰਹੀ ਹਾਂ ਮਨੇ ਕਾ ਇੱਕ ਇੱਕ ਕਰਕੇ ਲੈ ਜਾਂਦੇ ਆ ਨਾ ਬਹੁਤੇ ਨਹੀਂ ਜੇ ਐਸੀ ਮੈਂ ਘਰ ਲੈ ਕੇ ਆਈ ਹੂੰ ਫੋਰਨ ਇਸਨੇ ਮੁੰਜੇ ਕਹਿ ਦਿੱਤੀ ਕਿ ਇੱਕ ਲੈ ਕੇ ਆਏ ਕਿ ਮਿਸ਼ਾਲ ਔਰ ਰਾਫੀਏ ਕੀ ਦੋ ਰਜਾਈ ਨ ये होती तो मैंने कहा मैं आपके ये लेके नहीं आई मैं तो वैसे ही एक्स्ट्रा लेके आई हूं आप इसको छेड़ना नहीं है अगर आपने सेम लेनी है तो खुद जाके ले आओ इनको नहीं छेड़ना तो खैर वूल वर्थ पे यहां पे मैं पहुंची थी यहां पे मैं पॉइंट हां, हां इसी पे जगह पे पहुंची और मुझे फोन आ गया था कि बाहर आ जाए मैं बाहर आ गया हूं लेकिन मिनू हुन ऐसे कि मैं नहीं देर बाद आई तो मैं तंज घुमा के अपने चक्कर लाके फिर मैं घर जाना मैं तनो एक गल द था इथे ना आज मेरा आना पार्सल ਤੇ ਮੇਰੀ ਹਿੰਮਤ ਵੇਖੋ ਮੈਂ ਘਰ ਬੱਚੇ ਦੀ ਡਿਊਟੀ ਲਾ ਕੇ ਆਇਆ ਕਿਸੀ ਵੀ ਭਾਈ ਦਾ ਫੋਨ ਆਇਆ ਨਾ ਪਾਰਸਲ ਵਾਲਾ ਹੈ ਬੈਲ ਦੀ ਮuje ਆਪਨੇ ਫੋਨ ਕਰਨੇ ਕਰਨਾ ਤੇ ਨੀਚੇ ਘਰ ਮੇ ਲੁਕਮਾਨ ਵੀ ਹੈ ਮਿਸ਼ਾਲ ਵੀ ਹੈ ਛੋਟੇ ਬੱਚੇ ਵੀ ਹੈ ਤੇ ਹੁਣ ਕਿ ਬਾਰ ਬਾਰ ਉਨਕੀ ਦਾ ਡਿਊਟੀ ਲਗਾ ਕੇ ਤੇ ਕੱਲ ਕ ਲਿਖ ਆ ਰਹਾ ਹੈ ਕਿ ਪਾਰਸਲਾ ਨੇ ਪਾਰਸਲਾ ਵਾਲਾ ਪਾਰਸਲਾ ਨੇ ਲੇਕਿਨ ਮੈਂ ਇੱਥੇ ਨਾ ਮੈਨੂੰ ਜਦੋਂ ਫੀਲਿੰਗ ਆਉਂਦੇ ਸੀ ਨਾ ਕਿ ਅੱਜ ਮੇਰਾ ਪਾਰਸਲ ਆਣਾ ਹੈ ਮਾਰਕੀਟ ਵਿੱਚ ਤੇ ਮੈਨੂੰ ਇੰਨੀ ਖੁਸ਼ੀ ਅੰਦਰੋਂ ਆਉਂਦੇ ਸੀ ਕਿ ਕਦੀ ਕਦੀ ਮੈਨੂੰ ਐਵੀ ਫੀਲਿੰਗ ਆਉਂਦੀ ਸੀ ਕਿ ਮੈਂ ਕਿਉਂ ਖੁਸ਼ ਆ ਫਿਰ ਮ ਆਟੋਮੈਟਿਕਲੀ ਜਦ ਤੁਰਦੇ ਤੁਰਦੇ ਤੁਹਾਨੂੰ ਅੰਦਰੋਂ ਐਵੇਂ ਫੀਲਿੰਗ ਅੱਛੀ ਵਾਲੀ ਆਉਂਦੀ ਫਿਰ ਤੁਸੀਂ ਸੋਚਦੇ ਹੋ ਕਿ ਮੈਨੂੰ ਐਡੀ ਖੁਸ਼ੀ ਕਾਹਦੇ ਜੜੀ ਹੈ ਫਿਰ ਸੋਚ ਸੋਚ ਕੇ ਯਾਦ ਆਉਂਦਾ ਕਿ ਮੇਰਾ ਇਹ ਕੰਮ ਹੋਣਾ ਤਾਂ ਵਾਸਤੇ ਮੇਰੇ ਅੰਦਰੋਂ ਫੀਲਿੰਗ ਅੱਛੀ ਵਾਲੀ ਆਉਂਦੀ ਤੇ ਅੱਜ ਮੇਨਾਂ ਲੈ ਵਾਲਾ ਹਸਾ ਤਾਬ ਹੁੰਦਿਆ ਸੀ ਲੇਕਿਨ ਗੱਲ ਵਿੱਚ ਗੱਲ ਕਰਨ ਦਾ ਮਕਸਦ ਹੈ ਵੇ ਕਿ ਜੈਂਜੀ ਮੈਂ ਘਰ ਪਹੁੰਚੀ ਆ ਤੇ ਸ਼ੁਕਰ ਹੈ ਜਿੱਦ ਤੱਕ ਮੈਂ ਘਰ ਪਹੁੰਚੀ ਆ ਨਾ ਉਦੋਂ ਮੇਰਾ ਪਾਰਸਲ ਆਇਆ ਇਹ ਨਹੀਂ ਕਿ ਬੱਚਿਆਂ ਨੇ ਲਿਆ ਤੇ 38 ਕਿ ਕਹਿੰਦੇ ਨੇ ਕਿੰਨੇ ਵਾਸਤੇ ਲੈਣ ਉਹ ਮੈਂ ਘਰ ਪਾਰਸਲ ਖੋਲਾਂਗੀ ਨਾ ਮੈਂ ਤਾਂ ਸ ਯਮੇ ਡਿਜ ਜ਼ਬਾਤੀ ਹੋ ਗਏ ਪਾਰਸਲੇ ਵੇਖ ਮੈਂ ਆ ਵੇਖੀ ਨਹੀਂ ਕੰਦਾ ਗੇ ਕੋਨੇ ਤੇ ਕੋ ਨਹੀਂ ਮੈਂ ਦਰਵਾਜ਼ਾ ਖੋਲਦੀ ਉਹਨੂੰ ਅਸਲਾਮੁਅਲੈਕਮ ਕਹਿ ਸ਼ਰਾਣਾ ਤੇ ਉਹ ਵੀ ਕਰਮਾ ਵਾਲਾ ਮੁਸਲਮਾਨ ਸੀ ਨੇ ਵਾ ਲੇਕਿਨ ਸਲਾਮ ਕੇ ਮੈਨੂੰ ਹੱਥ ਸਾਬ ਬੜਾ ਆਇਆ ਕਿ ਕਹਿੰਦਾ ਨਾ ਬਾਜੀ ਤੂੰ ਵੇਖ ਤੇ ਲੈ ਕੌਣ ਹੈ ਅੱਗੇ ਫਿਰ ਉਹ ਹੀ ਨਾ ਜੀ ਤੜੇ ਜ਼ਬਾਤ ਚ ਕਾਬੂ ਨਾ ਰਹਿਣ ਤੇ ਉਹਦੇ ਤੇ ਆ ਹੀ ਲਫਾਦ ਨਿਕਲਦੇ ਨੇ ਖੈਰ ਮੈਨੂੰ ਨਾ ਕੰਟੇਨਰ ਚਾਹੀਦੇ ਸਨ ਬਰੇਪਿਆਲੇ ਪਰੇ ਕੰਟੇਨਰ ਮੈਨੂੰ ਬੜਾ ਹੀ ਸੋਣਾ ਲੱਗਾ ਤੇਜ਼ ਕਲਰ ਮਾਲਟਾ ਰੰਗ ਉਹ ਲੈ ਗਰੇ ਦੁੱਤੇ ਨਾ ਉਹ ਜਾਨਵਰ ਜਿਹਾ ਮੁੰਨੇ ਮੈਂ ਕਿੰਨੇ ਇਹਨੂੰ ਰੱਖੋ ਵਾਪਸ ਤੇ ਹੁਣ ਇਸ ਤੋਂ ਬਾਅਦ ਨਾ ਬਾਹਰ ਚਲਨੀ ਆ ਕਿਉਂਕਿ ਮੇਰੇ ਮੀਆਂ ਆ ਗਏ ਤੇ ਮੈਂ ਸੱਚੀ ਇੱਥੇ ਐਵੇਂ ਵੇਖਣ ਸੇ ਗੋਲ ਗੋਲ ਕੀ ਹੈ ਤੇ ਫਿਰ ਮੈਂ ਫੋਟੋ ਜਾ ਕੇ ਅੰਦਰ ਵੇਖੀ ਕਿ ਬੋਤਲਾ ਰੱਖਣ ਲਈ ਬੰਦਾ ਪੁੱਛੋ ਟੱਸ਼ਨੀ ਨਾ ਟੇਬਲ ਤੇ ਜਾਂ ਤੁਸੀਂ ਨੀ ਬੋਤਲ ਵਗੈਰ ਰੱਖਣੀ ਤੇ ਇਹਦੇ ਤੇ ਲੰਮਾ ਪਾ ਲੋ ਮੈਂ ਕਿਹਾ ਬੰਦਾ ਪੁੱਛੇ ਹੋਰ ਕੋਈ ਹੋਰ ਕੋਈ ਚੀਜ਼ ਨਹੀਂ ਰਹਿ ਗਈ ਹੈ ਰਹਿ ਗਈ ਕਿ ਬੋਤਲ ਚੁੱਕ ਕੇ ਲਾਈ ਉਹਨਾਂ ਲੰਮਾ ਪਾਣ ਲਈ ਲੰ ਵਾਲਾ ਬਰਤਨ ਜਿਹੜਾ ਮੈਂ ਚਟਨੀ ਵਗੈਰਾ ਬਣਾਨੀ ਸੀ ਨਾ ਤੇ ਉਹ ਮੇਰਾ ਇਹ ਵਾਲਾ ਟੁੱਟ ਕੇ ਲਿਕਨ ਆਇਆ ਮੈਂ ਵੇਖਣ ਸੀ ਡੀਪ ਨਹੀਂ ਹੈ ਨਾ ਫਲੈਟ ਜਾਵੇ ਤੇ ਮੈਂ ਵਾਪਸ ਰੱਖ ਦਿੱਤਾ ਕਿਉਂਕਿ ਮੈਂ ਟੈਡੀ ਚੁੱਲੇ ਆ ਵੀ ਉਹ ਬੜਾ ਡੂੰਘਾ ਸੀ ਕਿ ਚਟਨੀ ਵਗੈਰਾ ਬਣਾਨੀ ਤਾਂ ਉਹਦੇ ਵਿੱਚ ਉਹ ਆ ਜਾਂਦਾ ਤੇ ਖਰੇ ਤੂੰ ਮੈਂ ਹੁਣ ਕਾਊਂਟਰ ਤੇ ਜਾਣੀ ਆ ਕੁੰਟੇ ਤੇ ਜਾ ਕੇ 2-3 ਮਿੰਟ ਡੀਕਣਾ ਪਿਆ ਵੇ ਬਾਜੀ ਕੁਲ ਨੂੰ ਐ ਕਾ ਕੇ ਨੰਗ ਜੇ ਤੇ ਓਮ ਕਰਕੇ ਨੰਗ ਜੇ ਨੂੰ ਪਤਾ ਵੀ ਲੈਣ ਲੱਗੀ ਮੈਂ ਆ ਕੇ ਤੇ ਆਪਣਾ ਕੰਮ ਨਿਪੇੜਾ ਫਿਰ ਉਹ ਜਿਹੜੀ ਮੇਰੇ ਅੱਗੇ ਖੜੀ ਨਾ ਉਹਨੇ ਆਵਾਜ਼ ਮਾਰੀ ਤੇ ਫਿਰ ਉਹ ਆਈ ਮੈਂ ਕਿਹਾ ਵੈਸੇ ਹਾਦੀ ਨੇ ਮੁਕੀ ਨਜ਼ਰ ਜਿਹਦੇ ਇਨਸਾਨ ਨੂੰ ਆ ਜਾਂਦਾ ਕਿ ਆ ਗਈਆਂ ਲੈਣ ਚ ਖਲੋ ਗਈਆਂ ਤੇ ਮੈਂ ਆ ਜਾਵਾਂ ਉਹ ਚੀਜ਼ ਸੈੱਟ ਕਰ ਰਹੀ ਤੇ ਉਸ ਕੋਈ ਇਹ ਤਾਂ ਜਿੰਨਾ ਹੋ ਸਕੇ ਮੈਂ ਆਪਣਾ ਟਾਈਮ ਯਹਾਂ ਪੇ ਗੁਜ਼ਾਰ ਲੂ ਇਹ ਕਰਕੇ ਹੀ ਜਾਵਾਂ ਕਹਿੰਦੇ ਨਾ ਤਾਂ ਕੰਮ ਕਰਕੇ ਜਾਣਾ ਵੇ ਉਹ ਵਾਲਾ ਬਾਜੀ ਨੇ ਹਿਸਾਬ ਕੀਤਾ ਸੀ ਖੈਰ ਇੱਥੇ ਮੈਂ ਹੋਣਾ ਜਿਹੜੇ ਟੀ-ਸ਼ਰਟਸ ਨੇ 5-6 ਮੈਂ ਤੇ ਹਮੇ ਤੁਚਾਲਨੀ ਆ ਕਾਰ ਤੇ ਕਾਰ ਜਿਵੇਂ ਤੁਹਾਨੂੰ ਪਾਰਸਲ ਵਹਾਨੀਆ ਮੇਰਾ ਪਾਰਸਲ ਆ ਗਿਆ ਤੇ ਉਹਦੇ ਉਹ ਵੇਖਣੀ ਆ ਅਸਲਾਮੁਅਲੈਕਮ ਹਲੋ ਅਲੈਕਮ ਸਲਮ ਸਫੀਰ ਪੋਸ ਯਾ ਮੈਨ ਤੁਹਾਨੂੰ ਦੱਸੀ ਬਿਸਾਲਨ 38 ਓਕੇ ਅਗ ਮੋਮੈਂਟ ਆਤੀ ਹੈ ਪਾਰਸਲ ਦੇ ਇਥੇ ਮੈਨ ਕਹਿੰਦੀ ਅਸਲਾਮੁਅਲੈਕਮ ਤੇ ਅੱਲਾਹ ਲੋ ਵੀ ਮੁਸਲਮਾਨ ਹੀ ਮੈਨ ਦੇਖੀ ਆਫਕ ਇਹਨਾਂ ਵਾਲੇ ਕੀ ਸਲਾਮ

ਧੰਨਕਸ਼ੀਵਾ। ਯਾ। Gleich wünsche. Gleich wünsche. ਦਫ਼ਤਰ ਸੀ ਨਾ ਆਇਆ ਸੁਬਾਤ ਲਈ ਖਿਆਨ ਅੱਜ ਕੱਜ ਆ ਜਾਣਾ। ਹੁਣ ਆ ਗਏ ਨਾ ਸਾਹਮਣੇ ਰੱਖ ਕੇ ਨਾ ਮੈਂ ਵੇਖੋ। ਏਡੀ ਗਰਮੀ ਜੀ ਕੰਮ ਲੈ ਕੇ ਬੈਠੀ ਆ। ਮੈਂ ਚਾਹ ਦਾ ਚਾਹ ਰੱਖਿਆ ਆ। ਫਿਲਹਾਲ ਮੈਂ ਜੀ ਨਹੀਂ ਸਟ੍ਰੈਸ ਖਤਮ ਕਰਾਂਗੀ ਚਾਹ ਪੀਵਾਂਗੀ ਫੇਰ ਮੈਂ ਪਾਸਰ ਖੋਲਾਂਗੀ ਕਿਉਂਕਿ ਮੈਨੂੰ ਇਹਨਾਂ ਨੇ ਬੜਾ ਤੰਗ ਕੀਤਾ ਇਹਨਾਂ ਨੇ ਕੱਲ ਦੇ ਟੁਰੇ 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 ਐ ਦਪੈਰੀ ਪਹੁੰਚੇ ਨੇ। ਪਹਿਲੇ ਮੈਂ ਚਾਹ ਪੀਵਾਂਗੀ ਫੇਰ ਮੈਂ ਪਾਸਰ ਖੋਲਾਂਗੀ। ਚਲੋ ਜੀ ਚੱਲਨੇ ਕਿਚਨ ਚਾ ਲੈ। ਚਲੋ ਜੀ। ਚਾਹ ਹੀ ਤਕਰੀਬਨ ਬਾਨੀ ਚੱਲੀ ਹੈ ਇਹ 12 ਸ਼ੁਰੂ ਹੋਇਆ ਹੈ ਇਹ ਸ਼ੁਕਰ ਕੀਤਾ ਮੇਰਾ ਆਇਆ ਪਾਰਸਲ ਮਰਤੀਜ਼ ਲੈ ਤੇ ਲਈ ਦੀ ਸੱਚੇ 6 ਮਹੀਨੇ ਤੇ ਜਮਾ ਕਰਨ ਤੇ ਚੀਜ਼ਾਂ ਲੱਗ ਜਾਂਦੀਆਂ ਨੇ ਇਹ ਸੁਕੜ ਵੇਖ ਲੋ ਤੇ ਇਹ ਕੁਰਤਾ ਵੇਖ ਲੋ ਤੇ ਇਹ ਸ਼ਰਟ ਵੇਖ ਲੋ 6-7 ਮਹੀਨੇ ਲੱਗ ਜਾਂਦੇ ਨੇ ਸਾਡੇ ਚੀਜ਼ਾਂ ਇਕੱਠੀਆਂ ਕਰਨ ਤੇ ਜਿੱਦੂ ਫਿਰ ਪਾਰਸਲ ਆਉਂਦਾ ਫਿਰ ਐ ਹੀ ਹੁੰਦਾ ਵੇ ਕਿ ਬਾਅਦ ਕਰ ਤੇ ਐ ਵੀ ਹੁੰਦਾ ਭੁੱਲੀ ਜਾਂਦੇ ਕਿਸੇ ਲਿਆ ਕੀ ਕੀ ਸੀ ਤੇ ਹੈਲਪ ਬੁਰੇ ਗਰਮੀਆਂ ਦੇ ਕੱਪੜੇ ਲੈਣੇ ਹੁੰਦੇ ਨੇ ਬੱਚੀਆਂ ਦੇ ਆਪਣੇ ਸ਼ਾਦੀ ਦੇ ਈਦਾਂ ਦੇ ਤੇ ਮੇਦਮ ਲਾ ਕੇ ਕਾਫੀ ਜ਼ਿਆਦਾ ਹੋ ਜਾਂਦਾ ਤੇ ਚਲੋ ਹੰਲਾ ਖਾ ਕੇ ਚਾਹ ਪੀ ਕੇ ਨਾ ਫਿਰ ਮੈਂ ਪਾਰਸਲ ਖੋਲਣੀ ਆ ਤੇ ਫਿਰ ਦੇਖਣੀ ਆ ਚਾਹ ਪਾਈਏ ਆਪਣੇ ਕੋਪ ਵਿੱਚ ਕੋਪ ਵਿੱਚ ਚਾਹ ਧਾਏ ਕੋਪ ਵੀ ਕਹਿੰਦੇ ਹੁੰਦੇ ਸਨ ਕੋਈ ਆਏ ਹੈ ਇਹ ਪੱਤੀ ਨਪੜਕ ਪੁੜਕ ਦੇਖੋ ਅੱਗੇ ਆਂਦੀ ਮੈਨੂੰ ਨਾ ਹੀ ਵਿੱਚ ਮੇਰੇ ਕੱਪ ਚ ਟਿੱਕੇ ਪਰ ਬਚਾ ਹੁੰਦੇ ਆ ਯਾਨੀ ਕਿ ਬਚ ਜੇ ਇਹ ਨਾ ਕੱਲ ਦਾ ਲਕਵਾਣ ਦੇ ਆਂਦਾ ਸੀ ਬੁਕਲਾਵਾ ਨਾਲ ਇਹਨੂੰ ਲੈਣਿਆ ਥੋੜਾ ਜਿਹਾ ਲੈਣਾ ਵੀ ਬਸ ਮੂੰਹ ਮਿੱਠਾ ਕਰਨ ਲਈ ਤੇ ਨਾਲ ਪੀਣੀਆਂ ਚਾਹ ਹੀ ਜੇ ਆ ਕੇ ਬੈਠ ਗਈ ਹਾਂ ਮੈਂ ਅਬ ਚਾਹ ਪੀਉਂਗੀ ਤਾਂ ਫਿਰ ਮੈਂ ਆਰਾਮ से ਆਪਣੇ ਇਹ ਦੋ ਪਾਰਸਲ ਲੈਣੇ ਚੁੰਨੀ-ਮੁੰਨੇ ਸੇ ਉਹ ਚੁੰਨਾ ਇਹ ਮੁੰਨਾ ਇਹ ੜੇ ਵੀ ਛੋਟੇ ਨਹੀਂ ਹੈ ਖੈਰ ਤੇ ਮੈਂ ਨਾ ਪਾਰਸਲ ਸਾਰਾ ਕੁਝ ਖੋਲਾਂਗੀ ਉਹਦੀ ਮੈਂ ਸਾਰੀ ਵੀਡੀਓ ਬਣਾਣ ਲੱਗੀ ਹਾਂ ਤੇ ਇਹਦੇ ਵਿੱਚ ਜਿਹੜੇ ਮੈਂ ਕੱਪੜੇ ਆਪ ਸਟੀਚਿਚ ਕਰਵਾਏ ਨੇ ਉਹ ਵੀ ਮੈਂ ਤਾਂ ਸਾਰੇ ਸ਼ੇਅਰ ਕਰਾਂਗੀ ਤੇ ਅੱਜ ਦੀ ਵੀਡੀਓ ਤੇ ਤਕਰੀਬੇ ਮੇਕਾ ਪੂਰੀ ਹੋ ਗਈ ਹੈ ਤੇ ਬਹੁਤ ਲੰਬੀ ਹੋ ਜਾਣੀ ਫਿਰ ਕਿਉਂਕਿ ਪਾਰਸਲ ਦਾ ਮਜ਼ਾ ਨਹੀਂ ਹੈ ਤੇ ਮੈਂ ਸੈਪਰੇਟ ਵੀਡੀਓ ਕੱ ਤੇ ਚਲੋ ਜੀ ਮੈਂ ਹੁਣ ਚਾਹ ਪੀ ਕੇ ਆਪਣਾ ਪਾਜ਼ਲ ਖੋਲਨੀ ਆ ਤੇ ਤੁਸੀਂ ਮੈਨੂੰ ਦੋਈ ਇਜਾਜ਼ਤ ਵਾਪਸਾਂਗੇ ਕੱਲ ਅਲਫਿਸ